ਬਾਣੀ ਲਿਆਂਦੀ ਤੇ ਦੇਖੋ ਕੋਈ ਵੀ ਧਰਮ ਨੂੰ ਚਲਾਉਣ ਵਾਸਤੇ ਉਹਦੇ ਕੋਲੇ ਜ਼ਰੂਰੀ ਹੁੰਦਾ ਕਿ ਉਹਦੇ ਕੋਲੇ ਧਾਰਮਿਕ ਗ੍ਰੰਥ ਹੋਵੇ। ਸਾਡੇ ਦੇਸ਼ ਵਿੱਚ ਜਿੰਨੇ ਵੀ ਧਾਰਮਿਕ ਗ੍ਰੰਥ ਹੋਏ ਨੇ ਹਾਂਜੀ ਉਹਨਾਂ ਕਿਸੇ ਵੀ ਗ੍ਰੰਥ ਦੇ ਨਾਲ ਗੁਰੂ ਸ਼ਬਦ ਨਹੀਂ ਲੱਗਾ। ਇਹ ਬਹੁਤ ਜ਼ਿਆਦਾ ਜ਼ਰੂਰੀ ਆ। ਅਸੀਂ ਸਾਡੀ ਢਲਾਈ ਨੇ ਸਾਡੀ ਇਹ ਨਾ ਜਿਹੜੀ ਅਸੀਂ ਸਾਡੀ ਕਮਜ਼ੋਰੀ ਨੇ ਹਾਂਜੀ ਜਾਂ ਸਾਡੀ ਚੁੱਪ ਨੇ ਉਹਨੂੰ ਇੱਥੇ ਤੱਕ ਲੈ ਆਉਂਦਾ। ਠੀਕ ਆ, ਇਹ ਹੋਣਾ ਨਹੀਂ ਚਾਹੀਦਾ। ਅਸੀਂ ਬਹੁਤ ਚਿਰ ਤੋਂ ਲੱਗੇ ਵਾ, ਇਹ ਬਿਲਕੁਲ ਗਲਤ ਹੋ ਰਿਹਾ। ਹੁਣ ਵੀ ਕਈ ਬੋਲਦੇ ਆ ਜੀ, ਉਹ ਬੋਲਦੇ ਲੇਟ ਬੋਲਦੇ ਆ, ਜਿਹੜੇ ਬੋਲਦੇ ਆ ਜਿਹੜਾ ਲੱਖਾਂ ਸਿਧਾਣਾ ਬੋਲਿਆ ਜਾਂ ਹੋਰ ਸੱਜਿਓ ਖੱਬਿਓ ਬੋਲਦੇ ਨਾ, ਇਹ ਸਾਰੀ ਇਹਦੀ ਪਦੈਸ਼ ਆ, ਇਹਦੇ ਬੀਜ ਬੀਜਿਓ ਆ। ਜਿਹੜੇ ਸੇਕੇ ਹੋਏ ਲੋਕ ਨੇ ਉਹਨਾਂ ਦੇ ਨਾਲ ਸਾਂਝ ਰੱਖਣੀ, ਸਿੱਧਾ ਰੂਪ ਵਿੱਚ ਪੰਥ ਨੂੰ ਚੈਲੰਜ ਕਰਨਾ। ਠੀਕ ਆ, ਸ੍ਰੀ ਅਕਾਲ ਤਖਤ ਸਾਹਿਬ ਨੂੰ ਇਹ ਬੰਦਾ ਚੈਲੰਜ ਕਰ ਰਿਹਾ ਸਿੱਧੇ ਰੂਪ ਵਿੱਚ। ਸਿੱਖ ਸਿੱਖਾਂ ਨਾਲ ਕਿਉਂ ਲੜਦੇ ਆ ਕਿ ਉਹ ਜੇ ਕੋਈ ਤੁਹਾਨੂੰ ਚੰਗੀ ਗੱਲ ਦੱਸਦਾ, ਢਪਾਲੀ ਸਾਹਿਬ ਚੰਗੀ ਗੱਲ ਦੱਸਦੇ ਆ ਜਾਂ ਕੋਈ ਆਪਣੇ ਉਦੋਂ ਕੇ ਚੰਗੀ ਗੱਲ ਦੱਸਦੇ, ਤੁਹਾਡੇ ਖਾਨੇ ਕਿਉਂ ਨਹੀਂ ਪੈਂਦੀ? ਗੁਰੂ ਤਾਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਆ ਤੇ ਸਾਨੂੰ ਹੁਕਮੇ ਨਾ ਅਰਦਾਸ ਆ ਚੁੱਕੀ ਆ ਗੁਰੂ ਤੇਗ ਬਹਾਦਰ ਸਾਹਿਬ ਤੱਕ, ਗੁਰੂ ਗੋਬਿੰਦ ਸਿੰਘ ਤੱਕ। ਇਸ ਤੋਂ ਬਾਅਦ ਆ ਕਿਸੇ ਮਨੁੱਖ ਦਾ ਨਾਂ ਲੈਣਾ ਇਹ ਮਨਮਤ ਹੈ। ਉਹਨਾਂ ਗਰੀਬ ਬੱਚਿਆਂ ਦੇ ਘੜੇ ਤੋੜ ਕੇ ਉਹਨਾਂ ਨੂੰ ਸੋਨੇ ਦੇ ਘੜੇ ਤੇ ਉਹਨਾਂ ਦੇ ਜਿਹੜੀ ਗਰੀਬੀ ਆ ਦਾਤਾ ਜੀ ਨੇ ਬਚਪਨ ਵਿੱਚ ਦੂਰ ਕੀਤੀ, ਉਹਨਾਂ ਚੋਜਾਂ ਤੇ ਵੀ ਉਂਗਲੀ ਉਠਾਉਂਦਾ ਕਿ ਇਹ ਜਿਹੜੀ ਆ ਨਾ ਦਿਮਾਗ ਸਾਨੂੰ ਕਹਿੰਦੇ ਆ ਇਹ ਵੀਰ ਆਪਣਾ ਖੋਲਣ, ਜਿਹੜਾ ਕਿ ਧਾਰਮਿਕ ਜਿਹੜੇ ਸਾਡੇ ਗ੍ਰੰਥ ਨੇ ਧਾਰਮਿਕ ਸਰੋਤ ਨੇ ਗੁਰੂ ਕੀ ਬਾਣੀ ਆ ਉਹਨੂੰ ਗੌ ਦੇ ਨਾਲ ਪ੍ਰੇਮ ਦੇ ਨਾਲ ਪੜ੍ਹਨ, ਸੁਣਿਆ ਸੁਣਾਇਆ ਗਿਆਨ ਨਾਲ ਲੋਕਾਂ ਨੂੰ ਸੁਣਾਉਣ। ਹਾਂਜੀ ਭਾਈ ਸਾਹਿਬ ਜੀ, ਜਦੋਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਬਰਾਪੁਰ ਬਿਆਨਾ ਕਰਨ ਲੱਗੇ ਸੀ, ਦਾਤਾ ਜੀ ਨੇ 1708 ਵਿੱਚ ਸੱਚੇ ਪਾਤਸ਼ਾਹ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ ਪੰਜ ਗੁਰੂ ਕੇ ਸਿੱਖ ਖਿਲਾਰੇ ਸਨ। ਜਿਹੜੇ ਖੁਲਾਸੇ ਆ ਨਾ, ਖੁਲਾਸਿਆਂ ਦੀ ਹੁਣ ਕੋਈ ਕਮੀ ਨਹੀਂ ਵੀ ਕੋਈ ਖੁਲਾਸੇ ਜਾਂ ਵੀ ਆਪਾਂ ਕਹਿ ਦਈਏ ਵੀ ਖੁਲਾਸੇ ਹੋਏ ਨੀ ਜਾਂ ਕਿਸੇ ਨੂੰ ਪਤਾ ਨੀ ਗਾ। ਠੀਕ ਆ, ਖੁਲਾਸੇ ਬਹੁਤ ਹੋ ਗਏ ਆ। ਜੇਕਰ ਹੁਣ ਕੋਈ ਚੀਜ਼ ਲਿਆਉਣ ਵਾਲੀ ਤੇ ਇਹਨੂੰ ਅਮਲੀ ਰੂਪ ਵਿੱਚ ਲਿਆਉਣ ਵਾਲੀ ਚੀਜ਼ ਆ, ਅਮਲੀ ਰੂਪ ਵਿੱਚ ਲਿਆਈਏ ਜਾਂ ਮਤਲਬ ਆਪਾਂ ਅੱਗੇ ਵੀ ਗੱਲ ਮੈਂ ਕੀਤੀ ਸੀ ਵੀ ਸਿੰਘ ਸਾਹਿਬ ਨੂੰ ਜੇ ਕੋਈ ਇਹੋ ਜਿਹੀ ਮਹਾਂਮਾਰੀ ਆ ਜੇ ਕੋਈ ਜਾਂ ਕੋਈ ਇਹੋ ਜਿਹੀ ਗੱਲ ਆ ਤੇ ਉਹਨਾਂ ਨੂੰ ਇਹਨਾਂ ਦੇ ਪ੍ਰਚਾਰ ਤੇ ਰੋਕਥਾਮ ਲਾਉਣੀ ਚਾਹੀਦੀ ਆ ਵੀ ਤੂੰ ਬਿਲਕੁਲ ਕੋਈ ਪ੍ਰਚਾਰ ਨਹੀਂ ਕਰ ਸਕਦਾ, ਕਿਉਂਕਿ ਤੇਰੀ ਸ਼ਿਕਾਇਤ ਸ੍ਰੀ ਅਕਾਲ ਤਖਤ ਸਾਹਿਬ ਤੇ ਆ, ਜਿੰਨਾ ਚਿਰ ਕੋਈ ਸ੍ਰੀ ਅਕਾਲ ਤਖਤ ਸਾਹਿਬ ਤੈਨੂੰ ਤੂੰ ਆਪਣਾ ਸਪੈਸ਼ਟੀਕਰਨ ਨਹੀਂ ਦਿੰਦਾ। ਜਦੋਂ ਇੱਕ ਬੰਦੇ ਦੀ ਸੋਚ ਨੂੰ ਤੁਸੀਂ ਇੱਕ ਬੰਦੇ ਦੀ ਲਾਸ਼ ਦਾ ਤੁਸੀਂ ਜਿਹੜਾ ਇਹ ਲੂਣ ਲੂਣ ਵੇਚ ਛੱਡਿਆ ਤਾਂ ਉਹਦੀ ਸੋਚ ਕਿੱਥੇ ਗਈ? ਭੁਪਿੰਦਰ ਸਿੰਘ ਦੀ ਸੋਚ ਤੇ ਆ ਜਾਓ। ਹਾਂਜੀ, ਸੋ ਮੇਰੇ ਕਹਿਣ ਦੇ ਮਤਲਬ ਇਹ ਆ ਵੀਰ ਜੀ ਵੀ ਅਸੀਂ ਸਿੱਖ ਸਿੱਖਾਂ ਨਾਲ ਨਹੀਂ ਲੜ ਰਹੇ। ਢੰਡਰੀਆਂ ਵਾਲੇ ਨੂੰ ਕਿੰਨੀ ਵਾਰੀ ਇਹ ਗੱਲ ਕਹੀ ਆ ਵੀ ਤੂੰ ਆਣ ਕੇ ਕਿਤੇ ਬਹਿ ਬਹਿ ਕੇ ਵਿਚਾਰ ਕਰ। ਅੱਜ ਜਿਹੜੇ ਲੋਕ ਇਹ ਕਹਿ ਰਹੇ ਨਾ ਵੀ ਮੈਂ ਨਾਲੇ ਵੀ ਗੱਲ ਜੋੜ ਦੇਵਾਂ ਵੀ ਦੇਖੋ ਜੀ ਮਹਾਰਾਜ ਸਾਹਿਬ ਜੀ ਦਾ ਜਿਹੜਾ ਇਹ ਉੱਥੇ ਉਹਨੂੰ ਸਾਫ਼ ਕਰਦੇ ਆ ਮਹਾਰਾਜ ਸਾਹਿਬ ਜੀ ਦਾ ਸਥਾਨ ਜਿਹੜਾ ਅੰਦਰਲਾ ਆ, ਜਿਹੜਾ ਅੰਦਰਲਾ ਜਿਹੜਾ ਮਹਾਰਾਜ ਸਾਹਿਬ ਗੁਰੂ ਰਾਮਦਾਸ ਸਾਹਿਬ ਜੀ ਦਾ ਘਰ ਵੀ ਉਹਨੂੰ ਦੁੱਧ ਨਾਲ ਸਾਫ਼ ਕਰਦੇ, ਹਾਲੇ ਕਿ ਉਹ ਦੁੱਧ ਨਹੀਂ ਗਾ ਕੱਚੀ ਲੱਸੀ ਬਣਾ ਕੇ ਗੁਰਸਿੱਖ ਉਹਦੀ ਸੇਵਾ ਕਰਦੇ ਨੇ। ਹਾਂਜੀ ਹਾਂਜੀ, ਪਰ ਕਦੀ ਵੀ ਕਿਸੇ ਨੇ ਇਹ ਨਹੀਂ ਦੇਖਿਆ ਕਿ ਜਦੋਂ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਸਾਹਿਬ ਨੇ ਸਰੂਪ ਲਿਖਵਾਇਆ, ਸ਼ਾਮ ਨੂੰ ਜਦੋਂ ਮਹਾਰਾਜ ਸਾਹਿਬ ਜੀ ਦੀ ਬਾਣੀ ਦੀ ਰਹਿਰਾਜ ਸਾਹਿਬ ਦੀ ਸਮਾਪਤੀ ਤੋਂ ਬਾਅਦ ਆ ਸਰੂਪ ਨੂੰ ਕੋਠਾ ਸਾਹਿਬ ਲੈ ਕੇ ਗਏ ਤੇ ਗੁਰੂ ਅਰਜਨ ਸਾਹਿਬ ਜੀ ਭੁੰਜੇ ਸੁੱਤੇ ਸੀ। ਜਥੇਦਾਰ ਸਾਹਿਬ ਜੀ ਨੂੰ ਚਾਹੀਦਾ ਕਿ ਇਸ ਬੰਦੇ ਦੀ ਲਗਾਮ ਇਹਨੂੰ ਇਹਨੂੰ ਕੱਸਣ, ਇਹਦੀ ਜ਼ਬਾਨ ਰੋਕਣ, ਨਹੀਂ ਤਾਂ ਫਿਰ ਜਿਵੇਂ ਖਾਲਸਾ ਪੰਥ ਪੁਰਾਤਨ ਤੋਂ ਕਰਦਾ ਆ ਰਿਹਾ ਕਿ ਮਨਮੁਖ ਲੋਹਾ ਸਾਦੀਏ ਵਗਦੀ ਵਧਾਣੀ, ਫਿਰ ਉਸ ਪਾਸੇ ਨੂੰ ਤਾਂ ਖਾਲਸਾ ਪੰਥ ਜਾਵੇਗਾ ਹੀ, ਕਿਉਂਕਿ ਗੁਰੂ ਕੀ ਨਿੰਦਾ ਕਦੀ ਖਾਲਸੇ ਨੇ ਸੁਣੀ ਨਹੀਂ ਤੇ ਨਾ ਸੁਣੂਗਾ। ਮੈਂ ਬੇਨਤੀ ਜਿਹੜੀ ਕਰ ਰਿਹਾ ਉਹ ਸੁਣੀ। ਪਹਿਲਾਂ ਇੱਕ ਇਤਿਹਾਸਕ ਘਟਨਾ ਕਹਿ ਦੇਵਾਂ ਵੀ ਪ੍ਰਕਾਸ਼ ਹੁਣ ਕਿਉਂ ਕਰਦਾ ਇਹਨੂੰ ਗੁਰੂ ਸਾਹਿਬ ਦੇ ਮਨ 'ਚ, ਗੁਰੂ ਸਾਹਿਬ ਲਈ ਇਹਦੇ ਮਨ ਵਿੱਚ ਕੋਈ ਸਤਿਕਾਰ ਨੀਗਾ। ਇਹ ਉਹ ਜਿਹੜੀ ਨਿਰੰਕਾਰੀਆਂ ਦੀ ਜਿਹੜੀ ਨਰਕ ਧਾਰੀਆਂ ਦੀ ਟਰਾਲੀ ਆ ਉਹ 'ਚ ਪੂਰਨ ਤੌਰ 'ਤੇ ਚੜ੍ਹ ਚੁੱਕਾ। 2500 ਸਾਲ 3000 ਸਾਲ ਪਹਿਲਾਂ ਉੱਤਰ ਇੱਧਰ ਕਿਸੇ ਇਲਾਕੇ ਵਿੱਚ ਬ੍ਰਹਮਾ ਦੇ ਮੁੱਖ ਵਿੱਚ ਉਹ ਚਾਰੇ ਗਏ, ਉਹਦੇ ਜਿਹੜੇ ਅਯਾਲੀ ਸੀ ਉਹਨਾਂ ਕੰਠ ਕਰਕੇ ਤੇ ਸੰਸਾਰ ਨੂੰ ਰਿਖੀ ਜੀ ਨੂੰ ਦਿੱਤੇ, ਉਹਨਾਂ ਨੇ ਫਿਰ ਉਸੇ ਪ੍ਰਕਾਰ ਲਿਖ ਦਿੱਤੇ। ਕਹਿੰਦੇ ਦਾਦੇ ਨੇ ਉਹਦੇ ਉੱਪਰ ਅੱਖਰ ਲਿਖ ਦਿੱਤੇ ਗੁਰਬਾਣੀ ਦੇ, ਜਿਹਨੂੰ ਸਾਰੇ ਪਵਿੱਤਰ ਕਰਕੇ ਮੰਨਦੇ ਸੀ, ਅੱਜ ਸਾਰੀ ਲਕਾਈ ਉਸਨੂੰ ਮੱਥਾ ਟੇਕਦੀ ਆ ਤੇ ਉਸਨੂੰ ਪੂਜ ਰਹੀ ਆ, ਹਾਂਜੀ ਉਹਨੂੰ ਪੂਜਣ ਕਰਦੀ ਆ ਉਹਦੀ। ਇਹ ਕਹਿੰਦਾ ਉਹ ਕਾਗਜ਼ ਆ, ਉਹ ਅਪਰਾਧੀ ਆ, ਉਹ ਅਪਰਾਧੀ ਹੋ ਕੇ ਨਿਭ ਰਿਹਾ, ਸਤਿਕਾਰ ਉਹਦਾ ਦੇਖੋ ਸਾਹਮਣੇ ਲੋਕਾਂ ਚ ਆ ਰਿਹਾ ਸਤਿਕਾਰ। ਉਹ ਇੱਕ ਉਸ ਬੰਦੇ ਦੀ ਪਿੱਠ ਪੂਰਿਆ ਵਾ ਜਿਸ ਬੰਦੇ ਨੂੰ ਕੋਈ ਗੁਰਮਤ ਦਾ ਪਤਾ ਨਹੀਂ, ਜਿਹੜਾ ਮਤਲਬ ਗੁੰਡਾਗਰਦੀ ਤੋਂ ਉੱਠ ਕੇ ਆਇਆ ਵਾ ਤੇ ਉਹਨੇ ਉੱਠ ਕੇ ਮਤਲਬ TRP ਲੈਣ ਲਈ 4 ਸ਼ਬਦ ਕਹਿ ਦਿੱਤੇ ਵੀ ਉੱਥੇ ਜਿਹੜੇ ਗੁਰੂ ਕੀ ਬਾਣੀ ਨੂੰ ਆਪਣਾ ਇਸ਼ਟ ਮੰਨਦੇ ਆ, ਗੁਰ ਇਤਿਹਾਸ ਨੂੰ ਆਪਣਾ ਸਿਰ ਨਵਾਉਂਦੇ ਆ। ਜਦੋਂ ਇਹ ਮਨੁੱਖ ਬੋਲਣ ਲੱਗਾ ਸੀ ਉਹਨਾਂ ਉਦੋਂ ਹੀ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਮੂਹਰੇ ਜਾ ਕੇ ਸਾਰਾ ਇਹਦਾ ਚਿੱਠਾ ਰੱਖ ਦਿੱਤਾ ਸੀ।